ਹਾਂਜੀ ਮਿੱਤਰੋ ਸਭ ਦਾ ਸਵਾਗਤ ਹੈ ਸਾਡੇ ਚੈਨਲ ਕੇਐਸ ਸਟੱਡੀ ਪੁਆਇੰਟ ਤੇ ਲੈ ਕੇ ਆਜੇ ਰੋਇਆ ਸਾਇੰਸ ਦਾ ਪੇਪਰ ਆ ਜੋ ਕਿ ਫੁੱਲ ਸੌਲਵਡਰ ਸੈਂਪਲ ਪੇਪਰ ਹੋਣ ਵਾਲਾ ਹੈ 9ਵੀਂ ਜਮਾ ਦਾ ਪੇਪਰ ਹੋਣ ਵਾਲਾ ਹੈ ਤਾਂ ਕਰਕੇ ਵੀਡੀਓ ਨੂੰ ਲਾਸਟ ਤੱਕ ਬਣੇ ਰਹਿਣਾ ਇਹ ਫੁੱਲੀ ਸੌਲਵਡ ਪੇਪਰ ਹੋਣ ਵਾਲਾ ਹੈ ਤਾਂ ਚੈਨਲ ਤੇ ਨਵੇਂਾਂ ਦਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਘੰਟੀ ਤੇ ਕਲਿੱਕ ਕਰਕੇ 올 ਦੇ ਸੈਟ ਕਰਨਾ ਨਾ ਭੁੱਲਣਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੇ ਪੇਪਰ ਸਭ ਤੋਂ ਪਹਿਲਾਂ ਇਸ ਚੈਨਲ ਤੇ ਅਪਲੋਡ ਕੀਤੇ ਜਾਂਦੇ ਹਨ ਹਾਂਜੀ ਜਿਵੇਂ ਕਿ ਇਹ ਪੇਪਰ ਆ ਜਾਂਦਾ ਹੈ ਹੇਰਲੀ ਕ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਕਿਸੇ ਪਦਾਰਥ ਵਿੱਚ ਮਾਦੇ ਦੀ ਮਾਤਰਾ ਨੂੰ ਕੀ ਕਹਿੰਦੇ ਹਨ ਉੱਤਰ ਆਜੂ ਤੁਹਾਡਾ ਭਾਰ ਅਤੇ ਅੱਗੇ ਆਜੂਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਪਿੰਡਲ ਪ੍ਰਭਾਵ ਦਰਸਾਵੇਗਾ ਉੱਤਰ ਆਜੂ ਆੜਾ ਜਾਨੀ ਕਿ ਕਾਪਰ ਸਲਫੇਟ ਦਾ ਘੋਲ ਹੇਠ ਲਿਖਿਆਂ ਵਿੱਚ ਕਿਹੜੀ ਧਾਤੂ ਕਮਰੇ ਦੇ ਤਾਪਮਾਨ ਤੇ ਤਰਲ ਅਵਸਥਾ ਵਿੱਚ ਮਿਲਦੀ ਹੈ ਉੱਤਰ ਆਜੂ ਤੁਹਾਡਾ ਪਾਰਾ ਕਲੋਰੀਨ ਦੀ ਸਹੀ ਇਲੈਕਟ੍ਰੋਨ ਵੰਡ ਹੇਠ ਦਿੱਤੀਆਂ ਵਿੱਚੋਂ ਕਿਹੜੀ ਹੈ ਉੱਤਰ ਆਜੂ 2 8 7 CI ਆਇਨ ਵਿੱਚ ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ ਹੈ 8 ਅਤੇ ਅੱਗੇ ਆਜੋ ਤੁਹਾਡਾ ਮੈਮਲਜ਼ਾ ਠੰਡ ਧਾਰੀ ਜੀਵ ਉੱਤਰ ਆਜੋ ਤੁਹਾਡਾ ਜਿਵੇਂ ਕਿ ਉਪਰੋਕ ਸਾਰੇ ਊੜਾ ਆੜਾ ਤੇ ਏੜੀ ਅਤੇ ਅੱਗੇ ਆਜੋ ਸਤਵਾਂ ਕੁਐਸਚਨ ਪਾਣੀ ਵਿੱਚ ਮੌਜੂਦ ਹਾਈਡਰੋਜਨ ਅਤੇ ਆਕਸੀਜਨ ਦੇ ਪਰਮਾਣੂਆਂ ਦੀ ਸੰਖਿਆਵਾਂ ਦਾ ਅਨੁਪਾਤ ਕੀ ਹੁੰਦਾ ਹੈ ਦੋ ਅਨੁਪਾਤ 1:80 ਤੋਂ ਵਾਹਣਾ ਦਾ ਕਿਹੜਾ ਮੀਟਰ ਦੂਰੀ ਮਾਪਦਾ ਹੈ ਉੱਤਰ ਆਜੋ ਤੁਹਾਡਾ ਓਡੋਮੀਟਰ ਅੱਗੇ ਆ ਜੂਗਾ ਹੇਟਲਿਕਾਂ ਵਿੱਚ ਕਿਹੜਾ ਦਰਕਾ ਵਾਲੀ ਨੇ ਰੋਗ ਨਹੀਂ ਹੈ ਉੱਤਰ ਆ ਜੋ ਟੀਵੀ ਅਤੇ ਅੱਗੇ ਆ ਜੀਓ ਤੁਹਾਡਾ 10ਵਾਂ ਕੁਐਸਚਨ ਹੇਟਲਿਕਾਂ ਵਿੱਚ ਕਿਹੜਾ ਦਰਕਾ ਵਾਲੀ ਨੇ ਰੋਗ ਨਹੀਂ ਹੈ ਹਾਂਜੀ ਇੱਕ ਵਾਰ ਫੇਰ ਆ ਜਾਂਦਾ ਹੈ ਤੁਹਾਡਾ ਖਾਂਸੀ ਜ਼ੁਕਾਮ ਹਾਂਜੀ ਇਸ ਦਾ ਵੀ ਅਨਸਰ ਹੈ ਖਾਂਸੀ ਜ਼ੁਕਾਮ ਅਤੇ 12ਵਾਂ ਆ ਜਾਂਦਾ ਅੱਗੇ ਮਨੁੱਖੀ ਕੰਨ ਦੀ ਸੁਣਨ ਯੋਗ ਸੀਮਾ ਹੈ ਏ ਆ ਇਹ ਆਡਾ ਆਪਸ਼ਨ ਆਜੂਗੀ ਜਾਨੇ ਕਿ 20 एचएड ਅਤੇ ਬਰਾਤੋਂ 20 के ਜਿੰਨਾ ਕੀ ਹੋਊਗਾ ਤੁਹਾਨੂੰ ਅਤੇ ਅੱਗੇ ਆਜੂ ਤੁਹਾਡਾ 12ਵਾਂ ਆਜੂ ਤੇ ਤੁਹਾਡਾ ਇੱਕ ਹੋਰ ਕੁਐਸਚਨ ਇਹ ਥੋੜੀ ਨੰਬਰਿਕ ਵਿੱਚ ਗਲਤੀ ਕੀਤੀ ਗਈ ਹੈ ਤੁਸੀਂ ਇਹਨੂੰ ਐਡਜਸਟ ਕਰਕੇ ਦੇਖ ਲੈਣਾ ਅੱਗੇ ਆਜੂ ਕਿਸੇ ਵਸਤੂ ਦੇ ਪੁੰਜ ਦੇ ਵੋੰਗ ਵੇਂਗ ਦੇ ਗੁਣਫਲ ਨੂੰ ਕੀ ਕਿਹਾ ਜਾਂਦਾ ਹੈ ਅਨਸਰ ਆਜੂ ਸਵੇਗਾ ਸੈਲ ਦੀ ਖੋਜ ਕਿਸ ਨੇ ਕੀਤੀ ਹਾਂਜੀ ਦੋਸਤੋ ਸੈਲ ਦੀ ਖੋਜ ਰਾਬਰਟ ਹੁੱਕ ਨੇ ਕੀਤੀ ਸੀ ਜਾਨੀ ਕਿ ਉੜਾ ਉਤਰਾ ਸ਼ੁਕਰ ਅਤੇ ਮੰਗਲ ਗ੍ਰਹਿ ਤੇ ਕਿਸ ਗੈਸ ਦੀ ਮਾਤਰਾ ਸਭ ਤੋਂ ਵੱਧ ਹੈ ਕਾਰਬਨ ਡਾਈਆਕਸਾਈਡ ਵਯਮੰਡਲ ਵਿੱਚ ਕਿਸ ਗੈਸ ਦੀ ਪਰਤ ਪ੍ਰਾਇਮੰਗਣੀ ਕਿਰਨਾਂ ਨੂੰ ਰੋਕਦੀ ਹੈ ਉੱਤਰ ਆਜੂ ਤੁਹਾਡਾ ਓਜ਼ੋਨ ਨਿਵਨ ਵਿੱਚ ਕਿਸ ਦੀ ਜੜਤਾ ਸਦ ਦਾ ਸਭ ਤੋਂ ਵੱਧ ਹੈ ਇੱਕ ਰੌੜ ਦੀ ਗੇਂਦ ਇਸ ਦਾ ਆਨਸਰ ਆਜੂਗਾ ਇੱਕ ਰੌੜ ਦੀ ਗੇਂਦ ਫੇਰਲੀ ਕੈਂ ਵਿੱਚੋਂ ਤਾਜੇ ਪਾਣੀ ਦੀ ਮੱਛੀ ਦੀ ਕਿਸਮ ਕਿਹੜੀ ਹੈ ਉੱਤਰ ਆਜੂ ਤੁਹਾਡਾ ਕੱਟ ਲਾਂ ਹਾਂਜੀ ਅੱਗੇ ਆਜੂ ਦੋ ਅੰਕਾਂ ਵਾਲੇ ਪ੍ਰਸ਼ਨ ਆ ਪਦਾਰਥ ਦੇ ਕਣਾਂ ਦੀਆਂ ਵੀ ਵਿਸ਼ੇਸ਼ਤਾਵਾਂ ਹਨ ਹਾਂਜੀ ਕੀ ਵਿਸ਼ੇਸ਼ਤਾਵਾਂ ਹਨ ਉੱਤਰ ਆਜੂ ਤੁਹਾਡਾ ਪਦਾਰਥ ਦੇ ਕਣ ਨਿਹੱਤਰਣ ਨਿਹੱਤਰ ਗਤੀਸ਼ੀਲ ਹੁੰਦੇ ਹਨ ਅਤੇ ਦੂਜਾ ਪੁਆਇੰਟ ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ ਅਤੇ ਅੱਗੇ 19ਵਾਂ ਕੁਐਸਚਨ ਉਦਾਹਰਣ ਸਹਿਤ ਸਮਾੰਗੀ ਅਤੇ ਵਿਕਮੰਗੀ ਮਿਸ਼ਰਣਾਂ ਵਿੱਚ ਅੰਤਰ ਦੱਸੋ ਉਤਰਾ ਜੋ ਤੁਹਾਡਾ ਸਮੰਗੀ ਵਿੱਚ ਅੰਤਰ ਇਸ ਤਰ੍ਹਾਂ ਆ ਜਾਣਗੇ ਜਿਵੇਂ ਕਿ ਪਹਿਲਾ ਪੁਆਇੰਟ ਇਸ ਮਿਸ਼ਰਣ ਦੀ ਬਣਵਟ ਇਕਸਮਾਨ ਹੁੰਦੀ ਹੈ ਇਸ ਵਿੱਚ ਅੰਸ਼ ਆਪਸ ਵਿੱਚ ਚੰਗੀ ਤਰ੍ਹਾਂ ਘੁਲੇ ਹੁੰਦੇ ਹਨ ਇਸ ਮਿਸ਼ਰਣ ਦੇ ਵੱਖ-ਵੱਖ ਵਿਖਾਏ ਅੰਸ਼ ਜਿਹੜੇ ਵਿਖਾਈ ਨਹੀਂ ਦਿੰਦੇ ਉਦਾਹਰਨ ਵਜੋਂ ਪਾਣੀ ਅਤੇ ਖੰਡ ਦਾ ਘੋਲ ਐਲਕੋਹਲ ਪਾਣੀ ਦਾ ਘੋਲ ਆਦਿ ਅਤੇ ਵਿਖਮੰਗੀ ਕਿਹੜੇ ਹੁੰਦੇ ਹਨ ਇਸ ਵਿੱਚ ਮਿਸ਼ਰਣ ਦੀ ਬਣਵਟ ਇਕਸਮਾਨ ਹੁੰਦੀ ਹੈ ਇਸ ਇਸ ਵਿੱਚ ਆ ਆਪਸ ਵਿੱਚ ਚੰਗੀ ਤਰ੍ਹਾਂ ਨਹੀਂ ਘੁਲੇ ਹੁੰਦੇ ਇਸ ਮਿਸ਼ਰਣ ਦੇ ਵੱਖ-ਵੱਖ ਅੰਸ਼ ਜਿਹੜੇ ਵੀ ਖਾਈ ਦਿੰਦੇ ਹਨ ਉਦਾਹਰਨ ਵਜੋਂ ਗੰਦਲਾ ਪਾਣੀ ਖੂਨ ਆਦਿ ਅੱਗੇ ਵੀਮਾ ਕੁਐਸਚਨ ਇੱਕ ਵਸਤੂ ਦੁਆਰਾ ਕੁਝ ਦੂਰੀ ਤੈਅ ਕੀਤੀ ਗਈ ਕਿ ਇਸ ਦਾ ਵਿਸਥਾਪਨ ਸਿਫਰ ਹੋ ਸਕਦਾ ਹੈ ਜੇਕਰ ਹਾਂ ਤਾਂ ਆਪਣੇ ਉੱਤਰ ਨੂੰ ਉਦਾਹਰਨ ਨਾਲ ਸਮਝਾਓ ਉੱਤਰ ਆ ਜੂਗਾ ਹਾਂ ਵਸਤੂ ਦੂਰਤਾ ਤੇ ਦੂਰੀ ਤੈ ਕਿਤ ਕਰਕੇ ਵੀ ਵਿਸਥਾਪਨ ਸਿਫਰ ਹੋ ਸਕਦਾ ਹੈ ਜਦੋਂ ਆਰਥਿਕ ਅਤੇ ਅੰਤਿਮ ਬਿੰਦੂ ਇੱਕੋ ਹੋਵੇ ਉਦਾਹਰਨ ਵਜੋਂ ਅਸੀਂ ਘਰ ਤੋਂ ਸਕੂਲ ਆ ਤੇ ਸਕੂਲ ਤੋਂ ਘਰ ਜਾਂਦੇ ਹਾਂ ਇਸ ਤਰ੍ਹਾਂ ਆਪੇ ਘਰ ਪਹੁੰਚ ਕੇ ਅਸੀਂ ਦੂਰੀ ਤਾਂ ਤੈ ਕਿਤੀ ਪਰ ਸਾਡਾ ਵਿਸਥਾਪਨ ਸਿਫਰ ਹੋ ਜਾਂਦਾ ਹੈ ਕਿਸੇ ਵਸਤੂ ਦੀ ਗਤੀਜ ਊਰਜਾ ਕੀ ਹੁੰਦੀ ਹੈ ਉੱਤਰ ਜੇ ਤੁਹਾਡਾ ਕਿਸੇ ਵਸਤੂ ਦੀ ਗਤੀ ਕਾਰਨ ਮੌਜੂਦ ਊਰਜਾ ਨੂੰ ਗਤੀਜ ਊਰਜਾ ਕਹਿੰਦੇ ਹਨ ਅਤੇ 22ਵਾਂ ਕੁਐਸਚਨ ਕੇ ਤੁਨੀ ਨਿਪਰਾਵੈ ਤਨਾ ਦੇ ਉਹਨਾ ਨਿਯਮਾਂ ਦਾ ਪਾਲਨ ਕਰਦੀ ਹੈ ਜਿਨ੍ਹਾਂ ਦਾ ਪਾਲਨ ਪ੍ਰਕਾਸ਼ ਦੀਆਂ ਤਰੰਗਾਂ ਕਰਦੀਆਂ ਹਨ ਉਤ ਉਹਨਾ ਇਹਨਾਂ ਨਿਯਮਾਂ ਨੂੰ ਸਮਝਾਓ ਹਾਂਜੀ ਉੱਤਰ ਆਜੋ ਤੁਹਾਡਾ ਹਾਂ ਤੁਨੀ ਵੀ ਪ੍ਰਕਾਸ਼ ਦੇ ਪ੍ਰਾਪਤਨ ਦੇ ਨਿਯਮਾਂ ਦਾ ਪਾਲਨ ਕਰਦੀ ਹੈ ਪੁਆਇੰਟ ਆਜੋ ਪਹਿਲਾ ਆਵਤਨ ਕੋਣ ਪ੍ਰਾਪਤਨ ਕੋਣ ਦੇ ਬਰਾਬਰ ਹੁੰਦਾ ਹੈ ਯਾਨੀ ਕਿ ਆਵਤਨ ਕੋਣ ਪ੍ਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ ਅਤੇ ਦੂਜਾ ਪੁਆਇੰਟ ਆਵਤਿਤ ਕਰਨ ਦਰਪਣ ਦੇ ਆਪਤਨ ਬਿੰਦੂ ਉੱਪਰ ਲੰਬਾ ਤੇ ਪਰਾਵਰਤਿਤ ਕਿਰਨ ਸਭੋ ਇੱਕ ਤਲ ਵਿੱਚ ਹੁੰਦੇ ਹਨ ਅੱਗੇ ਤੇ ਇਹ ਮਕੋਸਾ ਕਿਸੇ ਰੁੱਖ ਦੀ ਟਾਹਣੀਆਂ ਨੂੰ ਤੇਜ਼ੀ ਨਾਲ ਤਾਂ ਹਿਲਾਉਣ ਨਾਲ ਕੁਝ ਪੱਤੀਆਂ ਝੜ ਜਾਂਦੀਆਂ ਹਨ ਕਿਉਂ ਉੱਤਰ ਆਜੋ ਤੁਹਾਡਾ ਵਿਰਾਮ ਜੜਤਾ ਕਾਰਨ ਪੱਤੀਆਂ ਵਿਰਾਮ ਆਸਤਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਟਾਹਣੀਆਂ ਹਿਲਾਉਣ ਤੇ ਗਤੀ ਵਿੱਚ ਆ ਜਾਂਦੀਆਂ ਹਨ ਇਸ ਤਰ੍ਹਾਂ ਪੜੀਆਂ ਹੋ ਵੱਖ-ਵੱਖ ਹੋ ਜਾਂਦੀਆਂ ਹਨ ਪੱਤੀਆਂ ਜਿਹੜੀਆਂ ਵੱਖ-ਵੱਖ ਹੋ ਜਾਂਦੀਆਂ ਹਨ ਅੱਗੇ ਆਜੋ ਕਵਸਨ ਨੰਬਰ 24 ਨਿਊਟਨ ਦੇ ਗਤੀ ਦੇ ਦੂਜੇ ਨਿਯਮ ਨੂੰ ਪਰਿਭਾਸ਼ਿਤ ਕਰੋ ਉੱਤਰ ਆਜੋ ਤੁਹਾਡਾ ਨਿਊਟਨ ਦੇ ਦੂਜੇ ਗੀਤੀ ਗਤੀ ਨਿਯਮ ਅਨੁਸਾਰ ਕਿਸੇ ਵਸਤੂ ਦੇ ਸੰਵੇਗ ਪਰਿਵਰਤਨ ਦੀ ਦਾਰਾ ਉਸ ਉਸ ਉੱਤੇ ਲੱਗ ਰਹੀ ਬਾਰੀ ਬਲਤ ਦੇ ਸਿੱਧਾ ਅਨੁਪਾਤੀ ਹੁੰਦਾ ਹੈ ਅੱਗੇ 25ਵਾਂ ਕਵਸਨ ਕਿਸੇ ਤੁਨੀ ਸਰੋਤ ਦੀ ਅਵਰਤੀ ਯਾਨੀ ਜੇ 100 h/m ਹੈ 1 ਮੀਟਰ 1 ਮਿੰਟ ਵਿੱਚ ਕਿੰਨੀ ਬਾਾਰ ਕੰਪਨ ਕਰੇਗੀ ਹਾਂਜੀ ਜੋ ਕਿ ਇਸ ਤਰ੍ਹਾਂ ਉਹ ਇਹੋ ਤੁਹਾਡਾ ਤੁਸੀਂ ਦੇਖ ਲੈ ਕਿ ਇਸ ਤਰ੍ਹਾਂ ਕੱਢਿਆ ਗਿਆ ਹੈ ਅਤੇ ਅੱਗੇ ਆਜਾ 26ਵਾਂ ਕੁਐਸਚਨ ਪ੍ਰਗਟ ਦੋਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਹੀ ਹਨ ਜਾਂ ਵੱਖ-ਵੱਖ ਹਨ ਕਿਉਂ ਉੱਤਰ ਜੋ ਕਿ ਦੋਮਾ ਪ੍ਰਸ਼ਨਾਂ ਦੇ ਉੱਤਰ ਵੱਖ-ਵੱਖ ਹਨ ਕਿਉਂਕਿ ਕੋਈ ਵਿਅਕਤੀ ਬਿਮਾਰੀ ਬਿਮਾਰੀ ਰਹਿਤ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਉਸਦੀ ਮਾਨਸਿਕ ਅਤੇ ਸਮਾਜ ਦੇ ਕਾ ਸਥਿਤੀ ਵਧੀਆ ਹੋਵੇ ਹਾਂਜੀ ਅੱਗੇ ਆ ਜੂਗਾ 27 ਕੁਐਸਚਨ ਨੰਬਰ ਮੁਕਤ ਰੂਪ ਵਿੱਚ ਡਿੱਗਦਾ ਇੱਕ ਪਿੰਡ ਜੋ ਧਰਤੀ ਤੱਕ ਪਹੁੰਚਣ ਤੱਕ ਰੁਕ ਜਾਂਦਾ ਹੈ ਇਸ ਦੀ ਗਤੀਜ ਊਰਜਾ ਦਾ ਕੀ ਹੁੰਦਾ ਹੈ ਉੱਤਰ ਹੈ ਇਹ ਤੁਹਾਡਾ ਆ ਜੂਗਾ ਜਿਵੇਂ ਕਿ ਮੁਕਤ ਰੂਪ ਵਿੱਚ ਡਿੱਗ ਰਹੇ ਪਿੰਡ ਦੀ ਗਤੀਜ ਊਰਜਾ ਦਾ ਤਾਪ ਊਰਜਾ ਤੁੰਨੇ ਊਰਜਾ ਅਤੇ ਪਿੰਡ ਦੇ ਆਕਾਰ ਪਰਵਰਤਨ ਕਾਰਨ ਸਮਾਈ ਸਥਿਤੀ ਜ ਊਰਜਾ ਦਾ ਊਰਜਾ ਵਿੱਚ ਪਰਵਰਤਿਤ ਹੋ ਜਾਂਦੀ ਹੈ ਅਤੇ 28ਵਾਂ ਕੁਐਸਚਨ ਪੌਦਿਆਂ ਵਿੱਚ ਬਾਸਪਾ ਉਤਸਰਜਨ ਦੀ ਭੂਮਿਕਾ ਦੱਸੋ ਉੱਤਰ ਆ ਜੇ ਤੁਹਾਡਾ ਪੱਤਿਆਂ ਵਿੱਚ ਬਾਸਪਨ ਬਾਸਪਨ ਦੇ ਰੂਪ ਵਿੱਚ ਪਾਣੀ ਬਾਹਰ ਨਿਕਲ ਨੂੰ ਬਾਸਪਨ ਉਤਸਰਜਨ ਕਹਿੰਦੇ ਹਨ ਬਾਸਪਾ ਉਤਸਰਜਨ ਪੌਦਿਆਂ ਦਾ ਤਾਪਮਨ ਘੱਟ ਰੱਖਣਾ ਤੇ ਪੌਦਿਆਂ ਵਿੱਚ ਉਚਾਈ ਤੱਕ ਪਾਣੀ ਪਹੁੰਚਾਂ ਲਈ ਖਿੱਚ ਬਲ ਪੈਦਾ ਕਰਦਾ ਹੈ ਪੌਦਿਆਂ ਵਿੱਚ ਐਪੀਡਰਮਿਸ ਦੀ ਭੂਮਿਕਾ ਹੈ ਉਤਰਾਜੋ ਤੁਹਾਡਾ ਪੌਦਿਆਂ ਵਿੱਚ ਐਪੀਡਰਮਿਸ ਦੀ ਭੂਮਿਕਾ ਅੰਦਰਲੇ ਸੈੱਲਾਂ ਅਤੇ ਟਿਸ਼ੂਆਂ ਦੀ ਰੱਖਿਆ ਪਾਣੀ ਤੇ ਨੁਕਸਾਨ ਨੂੰ ਰੋਕਣਾ ਫਦੇ ਦੀ ਸਤਹਿਿਕ ਸਮਾਂ ਤੇ ਪਰਜੀਵੀ ਜੀਵਾਂ ਤੋਂ ਰੱਖਿਆ ਕਰਨੀ ਸਟੋਮੇਟਾ ਰਾਹੀਂ ਗੈਸਾਂ ਦੀ ਅਦਲਾ ਬਦਲੀ ਅਤੇ ਬਾਸਪਤ ਸਾਰਜਨ ਕਰਨਾ ਤਿੰਨ ਅੰਕਾਂ ਵਾਲੇ ਪ੍ਰਸ਼ਨ ਪਾਠ ਸੀ ਆ ਜਾਂਦੇ ਜੋ ਕਿ 24 ਅੰਕਾਂ ਦਾ ਹੈ ਅਗੇ ਸੀ ਤੇ 3 ਕੁਐਸਚਨ ਹੈ ਜਿਹੜੇ ਤੁਹਾਡਾ ਪਦਾਰਥ ਦੇ ਕਣਾਂ ਦੀ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਕਿ ਇਹ ਆਜੂਗਾ ਕੁਐਸਚਨ ਆ ਤੇ ਪਹਿਲਾ ਕੁਐਸਚਨ ਆਜੂ ਪਦਾਰਥ ਦੇ ਕਣਾਂ ਨਿਰੰਤਰ ਗਤੀ ਚਲੁੰਦੇ ਹਨ ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ ਜੰਤੂਆਂ ਦੇ ਵਰਟੀ ਵਰੇਟਾ ਵਰਗ ਨੂੰ ਅੱਗੋਂ ਛੋਟੇ ਵਰਗ ਜਾਂ ਕਲਾਸਾਂ ਵਿੱਚ ਕਿਵੇਂ ਵੰਡਿਆ ਗਿਆ ਹੈ ਵਿਆਖਿਆ ਕਰੋ ਉੱਤਰ ਆ ਜੀ ਤੁਹਾਡਾ ਜੰਤੂਆਂ ਦੇ ਵਰਟੀ ਵਰੇਟਾ ਵਰਗ ਨੂੰ ਅੱਗੇ 6 ਕਲਾਸਾਂ ਵਿੱਚ ਵੰਡਿਆ ਗਿਆ ਹੈ ਪਹਿਲਾ ਆ ਜੂ ਤੁਹਾਡਾ ਸਾਈਕਲੋ ਸਟੋਮੇਟਾ ਪਾਇਸਿਸ ਅੰਬੀਬੀਆ ਰੈਪਟਿਲਿਆ ਐਵੀਨਜ਼ ਮਾਮੋਨਲਿਆ ਅਜੇ ਇਹਨਾਂ ਦੇ ਪੁਆਇੰਟ ਨੇ ਉਹ ਵੀ ਪੜ ਲੈਣਾ ਇੱਕ ਵਾਰ 32 ਨੰਬਰ ਦਾ ਕੁਐਸਚਨ ਆ ਜਾਂਦਾ ਹੈ ਪ੍ਰੋਕੇ ਗਿਓਟੀ ਸੈੱਲ ਯੂਕੇਟਿਓ ਯੂਕੇਓਟਿ ਸੈੱਲਾਂ ਕਿ ਤਾਂ ਕਿਵੇਂ ਵੱਖ ਹਨ ਯਾਨੀ ਕਿ ਪ੍ਰੋਕਿਓਟੀ ਸੈੱਲ ਆ ਜੋ ਤੁਹਾਡਾ ਪੁਆਇੰਟ ਹੈ ਨੰਬਰ 1 ਇਸ ਵਿੱਚ ਨਿਊਕਲੀਅਸ ਨਹੀਂ ਹੁੰਦਾ ਇਸ ਦਾ ਕੇਂਦ੍ਰਕ ਛਿੱਲੀ ਨਾਲ ਦਾ ਘिरा ਹੁੰਦਾ ਹੈ ਇਹ ਆਕਾਰ ਵਿੱਚ ਛੋਟੇ ਹੁੰਦੇ ਹਨ ਇਸ ਵਿੱਚ ਇੱਕ ਗਣਸੂਤਰ ਹੁੰਦਾ ਹੈ ਯੂਕੈਰੀਆਟ ਯੂਕੈਰੀਟਿਸ ਆਲ ਇਹ ਇਸ ਵਿੱਚ ਨਿਊਕਲੀਅਸ ਹੁੰਦਾ ਹੈ ਇਸ ਦਾ ਕੇਂਦ੍ਰਕ ਛਿੱਲੀ ਨਾਲ ਘिरा ਹੁੰਦਾ ਹੈ ਇਹ ਆਕਾਰ ਵਿੱਚ ਵੱਡੇ ਹੁੰਦੇ ਨੇ ਇਸ ਵਿੱਚ ਇੱਕ ਤੋਂ ਵੱਧ ਗਣਸੂਤਰ ਹੁੰਦੇ ਹਨ ਅੱਗੇ 33 ਨੰਬਰ ਤੇ ਉੱਤਰ ਆ ਜੂਗਾ ਪਲਾਂਟੀ ਜਗਤ ਵਿੱਚ ਕਿਹੜੇ ਕਿਹੜੇ ਵਰਗ ਹਨ ਇਹਨਾਂ ਵਰਗਾਂ ਨੂੰ ਬਣਾਉਣ ਦਾ ਕੀ ਆਧਾਰ ਹੈ ਉੱਤਰ ਇਹ ਤੁਹਾਡਾ ਇਸ ਤਰ੍ਹਾਂ ਹੋ ਜੂਗਾ ਪlant ਜਗਤ ਵਿੱਚ ਹੇਠ ਲਿਖੇ ਹਾਈਟ ਲਿਖੇ ਵਰਗ ਹਨ ਵੋਲੋਫਾਈਟਾ ਵਾਇਓਫਾਈਟਾ ਟੈਰੀਓ ਟੈਰੀਡੋਫਾਈਟਾ ਜਿਮਨੋਸਪਰਮ ਜਿਮੋ ਜਿਓ ਸਪਰਮ ਅੱਗੇ ਆਜੂਗਾ 34 ਨੰਬਰ ਦਾ ਕੁਐਸਚਨ ਸਰਵ ਵਿਆਪੀ ਗੁਰੂਪਤਾ ਆਕਰਸ਼ਨ ਦੇ ਨਿਯਮ ਦਾ ਕੀ ਮਹੱਤਵ ਹੈ ਉਤਰਾਜਯ ਸਰਬੀ ਆਪਿ ਗੁਰਤਾ ਅਕਸਰ ਦਾ ਨਿਯਮ ਇਹ ਲਿਖਿਆ ਦੀ ਵਿਆਖਿਆ ਕਰਦਾ ਹੈ ਧਰਤੀ ਦੀ ਧਰਤੀ ਦੀ ਦੁਆਰ ਧਰਤੀ ਦੀ ਸੂਰਜ ਦੁਆਰੇ ਗਤੀ ਚੰਨ ਦੀ ਧਰਤੀ ਦੁਆਰੇ ਗਤੀ ਸਾਡੀ ਸਾਡਾ ਧਰਤੀ ਵੱਲ ਖਿੱਚੇ ਰਹਿਣਾ ਚੰਨ ਦੇ ਵਿੱਚ ਵੱਲ ਕਾਰਨ ਸਮੁੰਦਰ ਵਿੱਚ ਜਵਾਰ ਪਾਟਾ ਅੱਗੇ ਆਜੂ ਤੁਹਾਡਾ ਇੱਕ ਕਾਗਜ਼ ਦੀ ਸੀਟ ਉਹਨੇ ਹੀ ਕਾਗਜ਼ ਨੂੰ ਮੋੜ ਕੇ ਬਣਾਈ ਗेंद ਨਾਲ ਹੋਲੀ ਕਿਉਂ ਡਿੱਗਦੀ ਹੈ ਉੱਤਰ ਆਜੋ ਤੁਹਾਡਾ ਖੇਤਰਫਲ ਨੂੰ ਹੋਣ ਕਰ ਹੋਣ ਕਰਕੇ ਕਾਗਜ਼ ਦੀ ਸੀਟ ਅਤੇ ਹਵਾ ਦਾ ਉਛਾਲ ਵੱਲ ਵੱਧ ਹੋਵੇਗਾ ਜਿਸ ਕਰਕੇ ਕਾਗਜ਼ ਦੀ ਸੀਟ ਨੂੰ ਨਹੀਂ ਹੀ ਕਾਗਜ਼ ਨੂੰ ਮੋੜ ਕੇ ਬਣਾ ਬਣਾਈ ਗੇਂਦ ਨਾਲ ਹੋਲੀ ਡਿੱਗਦੀ ਹੈ ਅਤੇ 37 ਨੰਬਰ ਤੇ ਕੁਐਸਚਨ ਆਜੂਗਾ ਅਮੀਬਾ ਆਪਣੇ ਭੋਜਨ ਨੂੰ ਕਿਵੇਂ ਪ੍ਰਾਪਤ ਕਰਦਾ ਹੈ ਉੱਤਰ ਆਜੋ ਅਮੀਬਾ ਆਪਣੇ ਭੋਜਨ ਨੂੰ ਆਪਾਸੀ ਪੈਰਾਂ ਪੈਰਾਂ ਦੀ ਮਦਦ ਨਾਲ ਪ੍ਰਾਪਤ ਕਰਦਾ ਹੈ ਜਦੋਂ ਭੋਜਨ ਦੇ ਕਣ ਅਮੀਬੇ ਦੀ ਛਿੱਲੀ ਦੇ ਸੰਪਰਕ ਵਿੱਚ ਆਉਂਦੇ ਹਨ ਤਾੰਚੀ ਲੀ ਬਾਹਰ ਨੂੰ ਵੱਲ ਨੂੰ ਉੱਪਰ ਕੇ ਐਂਡ ਐਂਡ ਸਾਈਟੋਸਿਸ ਪ੍ਰਕਿਰਿਆ ਨਾਲ ਆਪਣਾ ਭੋਜਨ ਭੋਜਨ ਅੰਦਰ ਲੈ ਜਾਂਦੇ ਹਨ ਪੰਜ ਅੰਕਾਂ ਵਾਲੇ ਪ੍ਰਸ਼ਨ ਪਾਰਟੀ ਜੋ ਕਿ ਤੁਹਾਡਾ 15 ਅੰਕ ਦਾ ਹੋਵੇਗਾ ਅੱਗੇ ਆਜੂਗਾ 38 ਨੰਬਰ ਤੇ ਕੁਐਸਚਨ ਗਤੀ ਦੇ ਤੀਜੇ ਨਿਯਮ ਅਨੁਸਾਰ ਜਦੋਂ ਅਸੀਂ ਕਿਸੇ ਵਸਤੂ ਨੂੰ ਹਾਂਜੀ ਦੋਸਤੋ ਇਸ ਤਰ੍ਹਾਂ ਤੁਹਾਡਾ ਕੁਐਸਚਨ ਹੋਗਾ ਹੋਊਗਾ ਤੁਸੀਂ ਪੜ੍ਹ ਲੈਣਾ ਇੱਕ ਵਾਰ ਉਕਿ ਥੋੜਾ ਜਿਆਦਾ ਹੈ ਤਾਂ ਤੁਸੀਂ ਆਪ ਬਟ ਲੈਣਾ ਵੀਡੀਓ ਨੂੰ ਪੋਸਟ ਕਰਕੇ ਜੇਕਰ ਅਸੀਂ ਪੜੀ ਪੜੀਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਅਤੇ ਉੱਤਰ ਆਇਓ ਤੁਹਾਡਾ ਉੱਤਰ ਕਰਾ ਦਿਨੇ ਤੁਹਾਨੂੰ ਨਿਊਟਨ ਦੇ ਤੀਜੇ ਗਤੀ ਨਿਯਮ ਅਨੁਸਾਰ ਕਿਰਿਆ ਤੇ ਪ੍ਰਤੀਕਿਰਿਆ ਪ੍ਰਤੀਕਿਰਿਆ ਵਾਲਾ ਇੱਕ ਦੂਜੇ ਦੇ ਬਰਾਬਰ ਅਤੇ ਉਲਟ ਹੁੰਦੇ ਹਨ ਪਰ ਇਹ ਬਲੇੜਾ ਬਖਵਕ ਵਸਤੂਆਂ ਤੇ ਲੱਗਦੇ ਹਨ ਇਸ ਲਈ ਇੱਕ ਦੂਜੇ ਨੂੰ ਖਤਮ ਨਹੀਂ ਕਰ ਸਕਦੇ ਤਰਕ ਗਤੀ ਇਸ ਲਈ ਨਹੀਂ ਕਰ ਰਹਾ ਕਿਉਂਕਿ ਟਰਕ ਦਾ ਪੰਜਾ ਬਹੁਤ ਜ਼ਿਆਦਾ ਹੋਣ ਕਰਕੇ ਇਸ ਦਾ ਪ੍ਰਵੇਗ ਨਾ ਮਾਤਰ ਹੋਵੇਗਾ। ਹਾਂਜੀ ਅੱਗੇ ਆਜੂ ਤੁਹਾਡਾ ਕੁਸਚਨ ਨੰਬਰ 38 ਗਤੀ ਦੇ ਇਹ ਤਾਂ ਕਰਾ ਦਿੱਤਾ ਹੈ ਅਤੇ ਅੱਗੇ ਆਜੂ ਤੁਹਾਡਾ ਇਹ ਥੋੜੀ ਨੰਬਰ ਦੇ ਵਿੱਚ ਗਲਤੀ ਕੀਤੀ ਹੈ ਤੁਸੀਂ ਇੱਕ ਵਾਰ ਇਹਨਾਂ ਨੂੰ ਦੇਖ ਲੈਣਾ। ਇਹ ਲਈ ਸੂਤਰਾਂ ਦੁਆਰਾ ਪ੍ਰਦਰਸ਼ਿਤ ਜੋਗਿਕਾਂ ਦੇ ਨਾਮ ਲਿਖੋ। ਹਾਂਜੀ ਇਹ ਸੂਤਰ ਦਿੱਤੇ ਗਏ ਹਨ ਇਹਨਾਂ ਜੋਗਿਕਾਂ ਦੇ ਨਾਮ ਇਸ ਤਰ੍ਹਾਂ ਲਿਖੇ ਲਿਖੇਗਾ ਨਾ ਜੋ ਕਿ ਤੁਸੀਂ ਲਿਖ ਲੈਣਾ। ਅਤੇ ਅੱਗੇ ਆ ਜੀਓ ਤੁਹਾਡਾ ਕੁਐਸਚਨ ਨੰਬਰ 1 ਮਿੰਟ ਦੋਸਤੋ ਧੁੰਨੀ ਤਰੰਗਾਂ ਦੇ ਪ੍ਰਵਰਤਨ ਦੇ ਦੋ ਵਿਹਾਰਕ ਉਪਯੋਗ ਲਿਖੋ ਹਾਂਜੀ ਉੱਤਰ ਆ ਜੀਓ ਧੁੰਨੀ ਤਰੰਗਾਂ ਦੇ ਪ੍ਰਵਰਤਨ ਨਾਲ ਸਮੁੰਦਰ ਵਿੱਚ ਮੌਜੂਦ ਵਸਤਾਂ ਦੀ ਸਥਿਤੀ ਅਤੇ ਚਾਲ ਸੈਨਾਰ ਦੀ ਮਦਦ ਨਾਲ ਪਤਾ ਕੀਤੀ ਜਾ ਸਕਦੀ ਹੈ ਅਤੇ 20 ਆ ਜੀਓ ਤੁਹਾਡੀ ਕੀ ਧੁੰਨੀ ਪ੍ਰਵਰਤਨ ਦੇ ਉਹਨਾਂ ਨਿਯਮਾਂ ਦਾ ਪਾਲਣ ਕਰਦੀ ਹੈ ਜਿਨ੍ਹਾਂ ਦਾ ਪਾਲਣ ਪ੍ਰਕਾਸ਼ ਦੀਆਂ ਤਰੰਗਾਂ ਕਰਦੀਆਂ ਹਨ ਇਹਨਾਂ ਨਿਯਮਾਂ ਨੂੰ ਸਮਝਾਓ ਉਤਰਾਜ ਨੂੰ ਹਾਂ ਤੋਂ ਨਿਵੇਂ ਪ੍ਰਕਾਸ਼ ਦੇ ਪ੍ਰਵਰਤਨ ਦੇ ਨਿਯਮਾਂ ਦਾ ਪਾਲਨ ਕਰਦੀ ਹੈ ਪਹਿਲਾ ਪੁਆਇੰਟ ਹੈ ਜਿ ਆਜੂ ਤੁਹਾਡਾ ਆਪਤਨ ਕੋਣ ਪ੍ਰਾਪਤਨ ਕੋਣ ਦੇ ਬਰਾਬਰ ਹੁੰਦਾ ਹੈ ਅਤੀਤ ਕਿਰਨ ਦਰਪਨ ਦੇ ਆਪਤਨ ਬਿੰਦੂ ਉੱਪਰ ਲੰਬਾ ਤੇ ਪਰਾਵਰਤਿਤ ਕਿਰਨ ਇੱਕਸਾਰ ਤ ਤਲ ਵਿੱਚ ਇੱਕ ਤਲ ਵਿੱਚ ਹੀ ਹੁੰਦੇ ਹਨ ਤੁਸੀਂ ਇਸ ਦੀ ਥਾਂ ਤੇ ਜੋ ਕਿ ਇੱਕ ਕਸ਼ਨ ਹੈ 39ਵਾਂ ਇਹ ਵੀ ਕਰ ਸਕਦੇ ਹੋ ਪਰ ਜਿਹੜਾ ਕਿ ਤੁਸੀਂ ਉੱਪਰਲੇ ਵਾਲਾ ਕਰ ਲੈਣਾ ਇਸ ਦੀ ਥਾਂ ਤੇ ਉਹ ਸੋਲਵਡ ਹੈ ਤੁਸੀਂ ਜੇਕਰ ਕਰਨਾ ਹੈ ਤਾਂ ਤੁਸੀਂ ਆਪਣੀ ਕਾਪੀ ਵਿੱਚ ਇਹਨੂੰ ਖੋਲ ਕੇ ਦੇਖ ਸਕਦੇ ਹੋ ਅਤੇ ਇਹਨਾਂ ਡਾਇਗਰਾਮ ਦਿੱਤੀ ਗਿਆ ਤੁਸੀਂ ਇਹਨਾਂ ਨੂੰ ਬਣਾ ਕੇ ਵੀ ਜੋ ਕਿ ਬੈਰੀ ਬੈਰੀ ਸੌਖਾ ਹੀ ਆ ਹਨ ਵੀ ਜ਼ਰੂਰ ਯਾਦ ਕਰ ਲੈਣਾ ਅੱਗੇ 40 ਨੰਬਰ ਤੇ ਕੁਐਸਚਨ ਹੈ ਇਹਨਾਂ ਵਿੱਚੋਂ ਕੋਈ ਜਾਂ ਸਾਰਿਆਂ ਬਿਮਾਰੀਆਂ ਨੂੰ ਹਟਾਉਣ ਲਈ ਤੁਸੀਂ ਆਪਣੇ ਆਲੇ ਦੁਆਲੇ ਵਿੱਚ ਕੀ ਤਬਦੀਲੀ ਕਰਨੀ ਚਾਹੋਗੇ ਉੱਤਰ ਆ ਜੀ ਤੁਹਾਡਾ ਪਿਛਲੇ 1 ਸਾਲ ਵਿੱਚ ਮੈਨੂੰ ਖਾਂਸੀ ਜ਼ੁਕਾਮ ਤੇ ਬਾਰ-ਬਾਰ ਬਾਹਰ ਸੌਰੀ ਜਿਵੇਂ ਕਾਮਦੇਬ ਬਾਹਰ ਅਤੇ ਮਲੇਰੀਆ ਇੱਕ ਵਾਰ ਹੋਇਆ ਸੀ ਅਤੇ ਊੜਾ ਹੋ ਜੂਗਾ ਪੁਆਇੰਟ ਦੇ ਵਿੱਚ ਬਦਲਦੇ ਮੌਸਮ ਅਨੁਸਾਰ ਸਹੀ ਕੱਪੜੇ ਪਹਿਨਣੇ ਚਾਹੀਦੇ ਹਾਂ ਅਤੇ ਮੱਛਰਾਂ ਦੇ ਕੱਟਣ ਤੋਂ ਬਚਾਅ ਰੱਖਣਾ ਚਾਹੀਦਾ ਹੈ ਸਾਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਸਹੀ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਮੱਛਰ ਦੇ ਵਾਧੇ ਨੂੰ ਰੋਕਣ ਲਈ ਕਿਤੇ ਵੀ ਵਾਧੂ ਪਾਣੀ ਦਾ ਇਕੱਲਾ ਨਹੀਂ ਹੁਣ ਦੇਣਾ ਚਾਹੀਦਾ ਉੱਤਰ ਅਤੇ ਇਹਦੀ ਥਾਂ ਤੁਸੀਂ ਇਹ 40 ਨੰਬਰ ਵਾਲਾ ਕੁਐਸਚਨ ਨੇ ਜਿਹੜੀ ਉਹ ਵੀ ਕਰ ਸਕਦੇ ਹੋ ਹਾਂਜੀ ਦੋਸਤੋ ਲਗਭਗ ਤੁਹਾਨੂੰ ਸਾਰਾ ਪੇਪਰ ਆ ਜਿਹੜਾ ਸਿੰਪਲ ਪੇਪਰ ਹੈ ਇਹ ਕਰਾ ਦਿੱਤਾ ਗਿਆ ਹੈ ਪੀਐਸਬੀ ਬੋਰਡ ਵੱਲੋਂ ਆਇਆ ਹੈ ਸਪੈਸ਼ਲ ਹੈ ਕਿਉਂਕਿ ਇਹ ਬੈਰੀ ਬੈਰੀ ਇੰਪੋਰਟੈਂਟ ਕੁਐਸਚਨ ਨੇ ਇਹਨਾਂ ਨੂੰ ਜ਼ਰੂਰ ਯਾਦ ਕਰ ਲੈਣਾ ਜੇਕਰ ਕੋਈ ਵੀ ਕੁਐਸਚਨ ਸਮਝ ਨਹੀਂ ਆ ਤੁਸੀਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਵੀਡੀਓ ਨੂੰ ਦੁਬਾਰਾ ਦੇਖ ਲਓ ਹਾਂਜੀ ਮਿੱਤਰੋ ਅਤੇ ਇਹ ਜਿਹੇ ਪੇਪਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਕਿਸੇ ਦੀ ਪੀਡੀਐਫ ਚਾਹੀਦੀ ਹੈ ਤਾਂ ਸਾਨੂੰ ਟੈਲੀਗ੍ਰਾਮ ਤੇ ਵੀ ਮੈਸੇਜ ਕਰ ਦਿਓ ਉੱਥੇ ਤੁਹਾਨੂੰ ਪੀਡੀਐਫ ਹੀ ਜਿਹੜੀ ਪ੍ਰੋਵਾਈਡ ਕਰਾਦਾ ਹੈ ਆਪਾਂ ਅਗਲੀ ਵੀਡੀਓ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਧੰਨਵਾਦ